ਤੁਸੀਂ ਤਾਂ ਮੇਰੇ ਵਿਆਹਤੇ ਵੀ ਨਹੀਂ ਆਏ ਵੀਰੇ, ਮੈਂ ਤੁਹਾਨੂੰ ਬੁਲਾਉਣਾ ਸੀਗਾ ਪਰ ਤੁਹਾਡਾ ਨੰਬਰ ਹੀ ਨਹੀਂ ਲੱਗਿਆ ਹੈਗਾ। ਚਲੋ ਹੁਣ ਉਹ ਵੀ ਸਾਰੇ ਲਾਂਬੇ ਤੇਰੇ ਦੂਰ ਕਰਕੇ ਜਾਵਾਂਗੇ ਭੈਣਾ। ਤੁਹਾਨੂੰ ਹੁਣ ਤਾਂ ਸਭ ਨੂੰ ਪਤਾ ਲੱਗ ਹੀ ਗਿਆ ਹਨਾ ਕਿ ਕਿਹੜਾ ਫਰੋਡ ਚੱਲ ਰਿਹਾ, ਸੋ ਇਸ ਕਰਕੇ ਸਾਰੇ ਜਾਣੇ ਆਪਣੇ ਆਪ ਨੂੰ ਉਹ ਰੱਖੋ ਕਿ ਮੈਂਟਲੀ ਪ੍ਰਿਪੇਅਰ ਰੱਖੋ ਇਸ ਚੀਜ਼ ਲਈ। ਕੀ ਹਾਲ ਚਾਲ ਆ ਭੈਣ ਜੀ? ਠੀਕ ਠਾਕ ਵਧੀਆ। ਹਾਂਜੀ ਅਸੀਂ ਵਧੀਆ, ਤੁਸੀਂ ਦੱਸੋ ਕੌਣ ਬੋਲਦੇ? ਬਾਹਰੋਂ ਗੱਲ ਕਰ ਰਿਹਾ ਭੈਣ, ਪਛਾਣਿਆ ਨਹੀਂ ਤੁਸੀਂ ਮੈਨੂੰ? ਨਹੀਂ ਮੈਂ ਨਹੀਂ ਪਛਾਣਿਆ, ਕੀ ਨਾਮ ਆ ਤੁਹਾਡਾ? ਬਾਹਰਲੇ ਕਹਿੰਦੇ ਮੈਂ ਕੈਨੇਡਾ ਤੋਂ ਗੱਲ ਕਰ ਰਿਹਾ ਭੈਣ, ਮਰਜ਼ੀ ਆ ਤੇਰੀ ਭੈਣ, ਇੰਨੇ ਚਾਵਣਾ ਭੈਣ ਨੂੰ ਆਪਣੀ ਨੂੰ ਖਾਲ ਕੀਤੀ ਆ ਕੈਨੇਡਾ ਤੋਂ। ਅੱਛਾ ਅੱਛਾ, ਹੋਰ ਤੁਸੀਂ ਦੱਸੋ ਠੀਕ ਹੋ ਵੀਰੇ? ਹਾਂ ਠੀਕ ਠਾਕ ਆ। ਹੋਰ ਵੀਰੇ ਗੱਲ ਕਰ ਰਹੀ ਆ? ਹਾਂਜੀ ਰਿੰਚਾ ਗੱਲ ਕਰ ਰਹੀ ਆ। ਕੌਣ? ਰਿੰਚਾ। ਹਾਂਜੀ ਹਾਂਜੀ ਵੀਰੇ ਦੱਸੋ। ਹੋਰ ਸੁਣਾ ਭੈਣ, ਕੀ ਹਾਲ ਚਾਲ ਆਪਣੇ? ਮੈਂ ਠੀਕ ਆ, ਤੁਸੀਂ ਦੱਸੋ ਤੁਸੀਂ ਠੀਕ ਹੋ? ਪਰ ਮੈਂ ਪਛਾਣਿਆ ਨਹੀਂ ਭੈਣ ਤੁਸੀਂ ਮੈਨੂੰ, ਪਰ ਮੈਂ ਪਛਾਣਿਆ ਨਹੀਂ ਤੁਹਾਨੂੰ ਭੈਣ। ਭੈਣ ਦੁਆਵਾ, ਤੁਹਾਡੀ ਦੁਆਵਾਂ ਨਾਲ ਹੀ ਫਰੈਂਡ ਆ, ਤੁਹਾਡੀ ਦੁਆਵਾਂ ਨਾਲ ਹੀ। ਅੱਛਾ ਜੀ, ਕੈਨੇਡਾ ਤੋਂ ਕਿਹੜੀ ਜਗ੍ਹਾ ਤੋਂ ਬੋਲਦੇ ਹੋ? ਕੈਨੇਡਾ ਤੋਂ ਗੱਲ ਕਰ ਰਹੇ ਮੇਰੇ ਭੈਣ। ਅੱਛਾ ਜੀ, ਨਹੀਂ ਕੈਨੇਡਾ ਚ ਮਤਲਬ ਕਿੱਥੋਂ? ਟੋਰਾਂਟੋ। ਟੋਰਾਂਟੋ ਚੋ ਜਾਂ ਸਰੀ ਚੋ? ਮੈਨੂੰ ਮਾੜਾ ਜਿਹਾ ਪਛਾਣ ਜੀ ਨਹੀਂ ਆ ਰਹੀ ਨਾ। ਮੈਂ ਟੋਰਾਂਟੋ ਤੋਂ ਗੱਲ ਕਰ ਰਿਹਾ, ਮਨਪ੍ਰੀਤ ਮੰਨਾ। ਅੱਛਾ ਅੱਛਾ, ਚਲੋ ਬਾਏ ਫੇਸ, ਮੈਂ ਸ਼ਾਇਦ ਜਾਣਦੀ ਹਾਂ, ਮੈਨੂੰ ਯਾਦ ਭੁੱਲ ਗਿਆ। ਮਨਪ੍ਰੀਤ ਮੰਨੇ ਦਾ ਨਾਂ ਆਪਣਾ ਕੋਈ ਨਹੀਂ ਗਿਆ ਬਾਹਰ ਮੇਰੀ ਭੈਣ? ਨਹੀਂ ਕੋਈ ਨਹੀਂ ਹੈਗਾ। ਤੂੰ ਵੀਰ ਭਰਾ ਕੋਈ ਰਿਸ਼ਤੇਦਾਰਾਂ ਚੋਂ ਕੋਈ ਗਿਆ ਹੀ ਹੋਣਾ ਮੇਰੀ ਭੈਣ, ਜਿਹੜਾ ਇੰਨੇ ਚਾਵਾਂ ਤੈਨੂੰ ਕਾਲ ਕੀਤੀ ਆ, ਹੁਣ ਉਹ ਤਾਂ ਬਾਹਰ ਜਾ ਕੇ ਇੱਦਾਂ ਕੌਣ ਵਿਹਲਾ ਵਾ ਜਿਹੜਾ ਐਵੇਂ ਫਾਲਤੂ ਗੱਲਾਂ ਕਰੀ ਜਾਵੇ? ਇਹ ਤਾਂ ਗੱਲ ਸਹੀ ਆ ਤੁਹਾਡੀ, ਤੇ ਤੁਸੀਂ ਹੋਰ ਕਿੱਦਾਂ ਯਾਦ ਕੀਤਾ? ਵੀਰ ਭਰਾ ਹੀ ਹੋਣਾ ਮੇਰੀ ਭੈਣ। ਹਾਂਜੀ ਕਿੱਦਾਂ ਯਾਦ ਕੀਤਾ ਵੀਰੇ? ਵੈਸੇ ਮੇਰੀ ਭੈਣ ਹਾਲ ਵਾਲ ਪੁੱਛਣਾ, ਮੈਂ ਛੁੱਟੀ ਤੇ ਆ ਰਿਹਾ ਸੀਗਾ, ਮੈਂ ਕਿਹਾ ਆਪਣੀ ਭੈਣ ਨੂੰ ਫੋਨ ਕਰਕੇ ਪੁੱਛ ਲੈਂਦੇ ਆ, ਚਲੋ ਕੋਈ ਸ਼ੈ ਬੰਦਾ ਛੁੱਟੀ ਤੇ। ਅੱਛਾ ਜੀ, ਦੱਸ ਦੇ ਜਿਹੜੀ ਸ਼ੈ ਮੰਗਾਉਣੀ ਆ, ਫਿਰ ਮੈਂ ਲੈ ਕੇ ਆ ਜਾਵਾਂਗਾ ਤੁਹਾਡੇ ਵਾਸਤੇ। ਤੁਸੀਂ ਹਾਂ, ਵੈਸੇ ਮੈਨੂੰ ਇੱਕ ਮੈਨੂੰ ਪਰਸ ਦਾ ਬਹੁਤ ਸ਼ੌਂਕ ਆ, ਬਾਹਰ ਦਾ ਪਰਸ ਹੋਵੇ, ਮੇਕਅਪ ਹੋਵੇ। ਅੱਛਾ ਹਾਂਜੀ, ਲਿਆਉਂਗੇ ਨਾ ਤੁਸੀਂ ਮੇਰੇ ਲਈ ਇੱਕ ਪਰਸ ਲੈ ਕੇ ਆਉਣਾ ਵੀ ਮੇਕਅਪ ਦਾ ਸਮਾਨ? ਹਾਂਜੀ ਹਾਂਜੀ ਵੀਰੇ, ਠੀਕ ਹੋ ਗਿਆ, ਲਿਆਉਂਗੇ ਨਾ ਤੁਸੀਂ ਮੇਰੇ ਲਈ? ਨਹੀਂ ਭੈਣ, ਤੂੰ ਮੈਨੂੰ ਕਹਿਤਾ ਹੁਣ ਤੇਰੇ ਵਾਸਤੇ ਲੈਣਾ ਪੈਣਾ ਨਾ। ਹਾਂਜੀ ਹਾਂਜੀ, ਨਾ ਲੈ ਕੇ ਆਇਆ ਤਾਂ ਫਿਰ ਮੈਂ ਆਉਣਾ ਹੀ ਨਹੀਂ ਇੱਥੇ। ਹਾਂਜੀ 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 ਹਾਂਜੀ, ਸਹੀ ਗੱਲ ਹੈ। ਫਿਰ ਛੁੱਟੀ ਲੈ ਮੇਰੀ ਭੈਣ, ਮੈਂ ਆਉਣਾ ਹੀ, ਕੋਈ ਨਹੀਂ ਛੁੱਟੀ ਜਦ ਮੈਂ ਨਾ ਲੈ ਕੇ ਆਇਆ। ਹਾਂਜੀ ਹਾਂਜੀ, ਹੋਰ ਹੋਰ ਸੁਣਾਓ, ਘਰ ਬਾਰ ਸਭ ਵਧੀਆ ਨਾ? ਘਰ ਤੇ ਘਰ ਵਾਲੇ ਸਾਰੇ ਠੀਕ ਆ? ਹਾਂਜੀ ਹਾਂਜੀ, ਸਾਰੇ ਠੀਕ ਨੇ। ਤੇ ਉਹ ਮੈਂ ਇੱਦਾਂ ਭੈਣ ਫੋਨ ਕੀਤਾ ਸੀਗਾ ਤੈਨੂੰ, ਤੇ ਥੋੜਾ ਜਿਹਾ ਨਾ ਛੋਟਾ ਜਿਹਾ ਕੰਮ ਸੀਗਾ। ਹਾਂਜੀ ਹਾਂਜੀ, ਪੈਸਿਆਂ ਦੀ ਥੋੜੀ ਜਿਹੀ ਸੇਫਟੀ ਕਰਵਾਉਣੀ ਸੀਗੀ ਤੇ ਪੈਸੇ ਭੇਜਣੇ ਸੀਗੇ ਤੁਹਾਡੇ ਕੋਲ। ਮੈਂ ਅੱਗੇ ਘਰ ਪੈਸੇ ਭੇਜਦਾ ਸੀਗਾ ਨਾ, ਹਾਂਜੀ ਹਾਂਜੀ, ਤੇ ਘਰ ਵਾਲੇ ਸਾਰੇ ਲਾ ਲੂ ਲੈਂਦੇ ਆ, ਉਧਰ ਫਲਾਣ ਦੇ ਤੇ ਉਧਰ ਦੇ ਤੇ ਉਧਰ ਲੱਗ ਗਏ ਆ। ਜਦੋਂ ਮੈਂ ਪੁੱਛਦਾ ਸੀ ਤੇ ਮੈਨੂੰ ਕਹਿੰਦੇ ਸੀ ਸਾਰੇ ਲਾ ਲੂ ਦਿੱਤੇ ਸੀ। ਹਾਂਜੀ ਹਾਂਜੀ, ਤੇ ਤੈਨੂੰ ਪਤਾ ਮੇਰੀ ਭੈਣ, ਉਹਨਾਂ ਤੈਨੂੰ ਸਿੱਧੀ ਆਪਣੀ ਭੈਣ ਨੂੰ ਗੱਲ ਕਰਦਾ ਕਿ ਜਿੱਥੇ ਛੁੱਟੀ ਤੇ ਵੀ ਜਾਣਾ, 3 ਮਹੀਨੇ ਦੀ ਛੁੱਟੀ ਆ, ਛੁੱਟੀ ਤੇ ਆਇਆ ਹਾਂ ਤੇਰੀ ਯਾਰਾਂ ਬੇਲੀਆਂ ਦੇ ਭੈਣ ਭਰਾਵਾਂ ਦਾ ਹੈ ਤੈਨੂੰ ਪਤਾ ਖਰਚਾ ਜਦੋਂ ਬੰਦਾ ਆਪਣੇ ਕੋਲ ਹੋਵੇ ਨਾ ਜੇਬ ਚ ਤੇ ਜਿੱਦਣ ਮਰਜ਼ੀ ਜਾ ਸਕਦਾ ਬੰਦਾ ਇਹ ਤਾਂ ਹੈ ਵਾਪਸੀ ਦੀ ਟਿਕਟ ਵੀ ਕਰਾਉਣੀ ਆ ਬਾਹਰ ਤਾਂ ਵੈਸੇ ਔਖਾ ਹੋ
जरूरत जरूरत मेरी गल तो सुनो, जरूरत तो हैगी है वैसे सानू, मेनू 50,000 चाहिए वैसे। चलो
नहीं जे मतलब मैं थोड़े तो मंगवाने हो भी तुसी भेज सकदे हो इदां जी करदा थोनू मिलन नू ना मैं दस नहीं सकदी हैगी। चलो बड़ी कृपा भैन दी अगर तू तेरा इन्ना चाहे शायद तेरी चाहे मेरे नाल मेरी छुट्टी मिल गई होवे तो। हां जी हां जी वीरे तुसी तो मेरे व्याहते भी नहीं आए वीरे। मैं थोनू बुलाना सीगा पर थोड़ा नंबर ही नहीं लग्या हैगा। चलो हुण ओही सारे लांबे तेरे दूर करके जावांगे भैन। हां जी हां जी वीरे सही गल है। ते हुण कदों आओगे तुसी पटियाले? 5-7 तरीक नूं आवांगा मैं घरे। अच्छा जी। फिर उस तो दूए दिन तेरे कोल आवांगा भैन को। ठीक है। खाना आपां भैन भरा बह के खावांगे इकट्ठे। ठीक है। हाँ जी हाँ जी जरूर जरूर। ते बाकी हो थोड़े घरे सारे ठीक ने? हाँ सब वधिया सब वधिया। हाँ जी होर ते बाकी हो ठीक है। ते अकाउंट पे भेज दो तुसी मैनू मैं पैसे लवा देना तुहानू अद्धे घंटे तक। अकाउंट नंबर? अच्छा जी मतलब अकाउंट च सीधा ट्रांसफर हो जाएंगे। अकाउंट च ट्रांसफर हो जाएंगे सीधा पैसे? अच्छा जी मतलब जिहड़ा ओह नाले कहिंदे ओह वैस्टर्न यूनियन हुंदा जिथे पैसे भेज दिंदे ने बाहरों उत्थे नहीं भेज सकदे? नहीं नहीं मेरे वैसे सेफ्टी कराउणी आ ना। फिर तू किद्दां तू कोई वेख लेगा कढांदे तैनूं जां कोई है। हां अकाउंट च पै रहणगे सेफ पै जिहड़ी तेरी जरूरत होएगी तू कढा ले विच्चों। हां जी हां जी ठीक है। ते की कहिंदे ओहनूं उल्लू तां वाह वधिया बणा लैंदे ओह ना तुसीं वैसे लोकां नूं थोनूं बेलां नूं होर कोई कम्म ही नहीं आ। मर लो कम कर लो कोई की काम करिए लोकां नूं लुट लुट खाने हो तुसी है सारे नी इक्को जिहा समझिया बेवकूफ बनाने हो तुसी लोकां नूं बैठ बैठ के बेले। मैंने दस एक तो पैसे भेज रहे 7-8 लाख रुपया ते एक जरूरत तुहाडी पूरी कर रहे हैं फिर इहदे च की मसला वा वी की लुट लुटिया की आ जे तू पुछदी अच्छा फिर मेनू की करना पौगा तेनू आपे दस होर पासे गल लाएगी तू रेडी हो गए आपां ते जा रहे आपां एक काम छोटा जा संगरूर रोड ते है ते अज दे किस्से बारे की कहना चाहेंगी प्रीत? अज दे किस्से बारे मैं ये कहना चाहूंगी भी सारे जाने चलो सारे जाने कमेंट दस्यो की हुंदा मतलब ओ रहे हो कि होशियार रहे हो कि सतर्क सतर्क रहे हो सतर्क सब नू पता लग गया कि ए बहुत ज्यादा फ्रॉड चलिया होया कि मैं एक बारी डिफाइन करदा मैं की फ्रॉड चल रहा है। फ्रॉड यही है कि थोनू कैनेडा दे नंबर तो फोन आऊगा प्लस वन जो भी हुंदा ओह कोड आऊगा नंबर दा थोनू लगूगा देख के बाहर दा नंबर है पर बाहर दा हुंदा नहीं। बाकी जे होया भी तां भी की मैटर करदा ਉਹ ਫੋਨ ਤੇ ਤੁਸੀਂ ਚੱਕੋਗੇ ਉਹ ਕਹਿਣਗੇ ਕੀ ਹਾਲ ਹੈ ਜੀ ਇਹ ਉਹ ਹਾਲ ਚਾਲ ਪੁੱਛਣਗੇ ਕਿਉਂਕਿ ਅੱਜ ਕੱਲ੍ਹ ਹਰ ਫੈਮਿਲੀ ਦਾ ਇੱਕ ਨਾ ਇੱਕ ਮੁੰਡਾ ਜਾਂ ਕੁੜੀ ਜਾਂ ਫਿਰ ਰਿਸ਼ਤੇਦਾਰ ਬਾਹਰ ਗਿਆ ਹੋਇਆ ਹਨਾ ਤਾਂ ਉਹ ਇਸ ਚੀਜ਼ ਦਾ ਫਾਇਦਾ ਚੱਕਦੇ ਨੇ ਵੀ ਅਸੀਂ ਕੈਨੇਡਾ ਤੋਂ ਬੋਲ ਰਹੇ ਹਾਂ ਅਸੀਂ ਉਹ ਬੋਲਦੇ ਹਾਂ ਠੀਕ ਆ ਹੁਣ 100% ਚੋਂ 70% ਕਹਿਣਗੇ ਵੀ ਨਹੀਂ ਸਾਡਾ ਕੋਈ ਨਹੀਂ ਹੈਗਾ ਪਰ 30% ਫਿਰ ਵੀ
ਝਾਂਸੇ ਜਾ ਜਾਂਦੇ ਨੇ ਵੀ ਹਾਂ ਕੀ ਪਤਾ ਉਹ ਹੋਵੇ ਹਨਾ ਅੱਗੇ ਦੇ ਅੱਗੇ ਹੋਵੇ ਕੋਈ ਤੇ ਉਹ ਕਹਿੰਦੇ ਨੇ ਠੀਕ ਹੈ ਹਾਲ ਚਾਲ ਪੁੱਛ ਲੈਣਗੇ ਠੀਕ ਆ ਫਰੋਡ ਇਹ ਹੈ ਵੀ ਉਹ ਤੁਹਾਨੂੰ ਕਹਿਣਗੇ ਵੀ ਅਸੀਂ ਪੈਸੇ ਭੇਜਣੇ ਨੇ ਅਕਾਊਂਟ ਨੰਬਰ ਦਿਓ ਬਾਕੀ ਉਸ ਤੋਂ ਅੱਗੇ ਦਾ ਫਰੋਡ ਅਲੱਗ ਅਲੱਗ ਫਰੋਡ ਹੋ ਸਕਦੇ ਨੇ ਵੀ ਉਹ ਤੁਹਾਡੇ ਤੋਂ ਕਹਿਣ ਵੀ ਇੰਨੇ ਪੈਸੇ ਜਮ੍ਹਾਂ ਕਰਾਓ ਟੈਕਸ ਲੱਗਦਾ ਪਹਿਲਾਂ ਤਾਂ ਪੈਸੇ ਰਿਸੀਵ ਹੋਣਗੇ ਹਨਾ ਤੁਹਾਡੀ ਕੋਈ ਲੋਟਰੀ ਨਿਕਲੀ ਹੈ ਇੰਨੇ ਪੈਸਿਆਂ ਦੀ ਜਾਂ ਤੁਸੀਂ ਸਾਨੂੰ ਅਕਾਊਂਟ ਨੰਬਰ ਦਿਓ ਅਸੀਂ ਤੁਹਾਨੂੰ ਉਸ 'ਚ ਪੈਸੇ ਪਾਵਾਂਗੇ ਜਾਂ ਕੁਛ ਵੀ ਐਕਸ ਵਾਈ ਜ਼ੈਡ ਤੁਹਾਨੂੰ ਹੁਣ ਤਾਂ ਸਭ ਨੂੰ ਪਤਾ ਲੱਗ ਹੀ ਗਿਆ ਹਨਾ ਕਿ ਕਿਹੜਾ ਫਰੋਡ ਚੱਲ ਰਿਹਾ ਸੋ ਇਸ ਕਰਕੇ ਸਾਰੇ ਜਾਣੇ ਆਪਣੇ ਆਪ ਨੂੰ ਉਹ ਰੱਖੋ ਕਿ ਮੈਂਟਲੀ ਪ੍ਰਿਪੇਅਰ ਰੱਖੋ ਇਸ ਚੀਜ਼ ਲਈ ਕਿ ਅਗਰ ਤੁਹਾਨੂੰ ਕਾਲ ਆਵੇ ਔਰ ਮੈਂ ਮੈਂਟਲੀ ਪ੍ਰਿਪੇਅਰ ਰੱਖਿਆ ਹੋਇਆ ਸੀ ਆਪਣੇ ਆਪ ਨੂੰ ਮੈਂ ਤਾਂ ਇੱਦਾਂ ਗੱਲ ਕਰੀ ਕਿਉਂਕਿ ਜਦੋਂ ਮੈਨੂੰ ਇਸ ਤੋਂ ਪਹਿਲਾਂ ਇੱਕ ਵਾਰ ਕਾਲ ਆਇਆ ਸੀਗਾ ਉਦੋਂ ਮੈਂ ਸੋਚਿਆ ਹੋਇਆ ਸੀ ਕਿ ਜਦੋਂ ਹੁਣ ਮੈਨੂੰ ਸੈਕਿੰਡ ਟਾਈਮ ਕਾਲ ਆਏਗਾ ਤਾਂ ਮੈਂ ਗੱਲ ਕਰਨੀ ਹੈ ਮੈਂ ਸੁਣਨਾ ਕਿ ਹਾਂ ਕੀ ਕਹਿੰਦੇ ਨੇ ਤੇ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਹਨਾ ਤੇ ਇਸ ਕਰਕੇ ਹੁਣ ਸਾਰੇ ਜਾਣੇ ਮੈਂਟਲੀ ਪ੍ਰਿਪੇਅਰਡ ਰਹੇ ਅਗਰ ਇੱਦਾਂ ਦਾ ਕੁਛ ਹੁੰਦਾ ਹੈ ਤਾਂ ਅਗਲੇ ਨੂੰ ਸਾਫ ਦੋ ਚਾਰ ਗਾਲਾਂ ਕੱਢ ਕੇ ਵਧੀਆ ਵਧੀਆ ਹਨ ਤੇ ਫਿਰ ਉਸ ਤੋਂ ਬਾਅਦ ਅਗਲੇ ਨੂੰ ਚੰਗੀ ਤਰ੍ਹਾਂ ਦਕਸ਼ਨਾ ਦਿਓ ਔਰ ਕੋਈ ਆਪਣਾ ਕੰਟੈਕਟ ਅਕਾਊਂਟ ਨੰਬਰ ਕੋਈ ਕਿਸੇ ਚੀਜ਼ ਦਾ ਨੰਬਰ ਆਧਾਰ ਨੰਬਰ ਆਧਾਰ ਕਾਰਡ ਦਾ ਨੰਬਰ ਕਿਸੇ ਵੀ ਚੀਜ਼ ਦਾ ਨੰਬਰ ਸੈਂਡ ਕਰਨ ਦੀ ਜ਼ਰੂਰਤ ਨਹੀਂ ਹੈਗੀ ਕਿਉਂ ਕਿਉਂਕਿ ਅੱਜ ਕੱਲ੍ਹ ਤੁਸੀਂ ਇਹ ਸੋਚੋਗੇ ਵੀ ਸਾਡਾ ਨੰਬਰ ਕਨੈਕਟਡ ਆ ਬੈਂਕ ਅਕਾਊਂਟ ਨਾਲ ਓਟੀਪੀ ਆਊਗਾ ਬਈ ਅੱਜ ਕੱਲ੍ਹ ਉਹ ਫੋਨ ਨੰਬਰਸ ਨੂੰ ਵੀ ਪਤਾ ਨਹੀਂ ਕਿਵੇਂ ਮੈਨੂੰ ਨਹੀਂ ਪਤਾ ਉਹ ਹੈਕ ਕਰ ਲੈਂਦੇ ਨੇ ਓਟੀਪੀ ਰਿਸੀਵ ਹੀ ਨਹੀਂ ਹੁੰਦਾ ਓਟੀਪੀ ਆਪਣੇ ਕੋਲ ਨਹੀਂ ਆਉਂਦਾ ਓਟੀਪੀ ਉਹਨਾਂ ਨੂੰ ਪਤਾ ਲੱਗਦਾ ਡਾਇਰੈਕਟ ਕਿਸੇ ਤਰੀਕੇ ਕਿਉਂਕਿ ਯੂਟਿਊਬ ਚੈਨਲਸ ਵੀ ਅੱਜ ਕੱਲ੍ਹ ਕਾਫੀ ਹੈਕ ਹੋ ਰਹੇ ਨੇ ਐਵੇਂ ਓਟੀਪੀ ਨਹੀਂ ਆਉਂਦਾ ਡਾਇਰੈਕਟ ਹੈਕ ਹੋ ਜਾਂਦਾ ਇਸ ਕਰਕੇ ਅਕਾਊਂਟ ਨੰਬਰ IFSC ਕੋਡ ਕੁਛ ਵੀ ਨਾ ਦਿਓ ਠੀਕ ਹੈ ਇੱਕ ਚੀਜ਼ ਹੋਰ ਸਭ ਤੋਂ ਵੱਡੀ ਗੱਲ ਕਿ ਤੁਹਾਨੂੰ ਇਹ ਚੀਜ਼ ਸੁਣ ਕੇ ਧੋਖਾ ਵੀ ਲੱਗ ਸਕਦਾ ਕਿ ਉਹ ਤੁਹਾਡਾ ਨਾਮ ਜਾਣਦੇ ਨੇ ਉਹ ਆਪਣਾ ਨਾਮ ਵੀ ਜਾਣਦੇ ਹੁੰਦੇ ਨੇ ਲਾ ਟਰੂ ਕਲਰ ਤੇ ਦੇਖਿਆ ਹੋਣਾ ਉਹਨੇ ਸ਼ਾਇਦ ਕਿਉਂਕਿ ਟਰੂ ਕਲਰ ਤੇ ਉਹੀ ਸ਼ੋਅ ਹੁੰਦਾ ਜੋ ਲੋਕ ਆਪਣਾ ਨੰਬਰ ਸੇਵ ਕਰਦੇ ਨੇ ਹੁਣ ਜਿਵੇਂ ਬਵਨ ਸ਼ੋਅ ਹੋਊਗਾ ਅਗਰ ਤੁਸੀਂ ਮੇਰਾ ਨੰਬਰ ਪਾਓਗੇ ਠੀਕ ਆ ਮਤਲਬ ਕਿ ਜਿਹੜਾ ਵੀ ਮੇਰਾ ਨਿਕਨੇਮ ਹੈ ਉਹਨਾਂ ਨੇ ਉਹ ਲਿੱਤਾ ਜੋ ਮੇਰੇ ਨੰਬਰ ਤੇ ਸ਼ੋਅ ਹੋ ਰਿਹਾ ਹੋਣਾ ਮੈਨੂੰ ਨਹੀਂ ਪਤਾ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਬਟ ਉਹ ਮੇਰਾ ਨਾਮ ਅਸਲੀ ਜਿਹੜਾ ਹੈ ਹਨਾ ਉਹਨਾਂ ਨੇ ਉਹ ਨਾਮ ਲਿੱਤਾ ਸੋ ਇਸ ਕਰਕੇ ਉਹ ਆਪਣਾ ਤੁਹਾਡਾ ਅਸਲੀ ਨਾਮ ਵੀ ਬੋਲ ਸਕਦੇ ਨੇ ਚਾਂਸੇ 'ਚ ਲੈਣ ਵਾਸਤੇ ਜਿੱਥੋਂ ਕਿ ਤੁਹਾਨੂੰ ਐਂ ਲੱਗ ਸਕਦਾ ਵੀ ਹਾਂ ਯਾਰ ਇਹਨੂੰ ਮੇਰਾ ਨਾਮ ਕਿਵੇਂ ਪਤਾ ਸ਼ਾਇਦ ਸਾਨੂੰ ਜਾਣਦੇ ਹੋਊਗਾ ਸ਼ਾਇਦ ਸਾਡਾ ਰਿਸ਼ਤੇਦਾਰ ਹੀ ਹੋਊਗਾ ਸੋ ਇਹ ਵੀ ਗਲਤੀ ਨਾ ਕਦੇ ਕਰਿਓ ਕਿਉਂਕਿ ਮੈਂ ਦੇਖ ਲਓ ਮੈਨੂੰ ਪਤਾ ਵੀ ਨਹੀਂ ਸੀ ਬਟ ਮੈਂ ਫਿਰ ਵੀ ਆਪਣੇ ਮਾਈਂਡ ਨਾਲ ਚੱਲ ਕੇ ਇਹ ਚੀਜ਼ ਨੂੰ ਉਹ ਕਰਿਆ ਤੇ ਮੈਂ ਕੁਛ ਨਹੀਂ ਉਹਨੂੰ ਐਦਾਂ ਕੁਛ ਕਰਿਆ ਤੁਸੀਂ ਦੇਖ ਲਿਆ ਅਸੀਂ ਕੋਈ ਚਾਂਸ ਨਹੀਂ ਦਿੱਤਾ ਹਾਂ ਕਿੰਨਾ ਟਾਈਮ ਪਾਸ ਕਰਿਆ ਮੈਂ ਇਹ ਤੁਸੀਂ ਦੇਖ ਹੀ ਲਿਆ ਵਲੌਗ 'ਚ ਤੇ ਥੈਂਕ ਯੂ ਓਕੇ ਵਲੌਗ ਦੇਖਣ ਵਾਸਤੇ ਪੂਰਾ ਬਸ ਇੰਨਾ ਕਿ ਜ਼ਿਆਦਾ ਖਿੱਚਾਂਗੇ ਨਹੀਂ ਲੈਂਥ ਹੀ ਨਹੀਂ ਖਿੱਚਾਂਗੇ ਬਸ ਇੰਨੀ ਕਿ ਇਨਫੋਰਮੇਸ਼ਨ ਦੇਣੀ ਸੀ ਇੰਨੇ ਕੁ ਜੋਗੇ ਹੈਗੇ ਹਾਂ ਅਸੀਂ ਇਨਫੋਰਮੇਸ਼ਨ ਦੇਣ ਜੋਗੇ ਜ਼ਿਆਦਾ ਸਿਆਣੇ ਆਪਾਂ ਹੈ ਹਨਾ ਕਿਉਂਕਿ ਜਿਹੜੀ ਚੀਜ਼ ਸਾਡੇ ਨਾਲ ਹੁਣ ਹੋਈ ਆ ਹਨਾ ਅਸੀਂ ਚਾਹੁੰਦੇ ਹਾਂ ਵੀ ਹਾਂ ਤੁਹਾਡੇ ਨਾਲ ਵੀ ਨਾ ਹੋਵੇ ਹਾਂ ਬਾਕੀ ਵਿਚਾਰ ਰੱਖੋ ਸਾਰੇ ਆਪਣਾ ਆਪਣਾ ਇਹ ਮੌਸਮ ਬਦਲ ਰਿਹਾ ਹੁਣ ਸਾਰਿਆਂ ਨੂੰ ਮਤਲਬ ਜਿੰਨੇ ਮੈਂ ਸੁਣੇ ਨੇ ਅਗਰ ਇੱਕ ਬੰਦੇ ਨੂੰ ਬੁਖਾਰ ਆਉਂਦਾ ਦੂਜੇ ਨੂੰ ਵੀ ਹੋ ਰਿਹਾ ਤਾਂ ਥੋੜ੍ਹਾ ਬਚ ਕੇ ਰਹੋ ਤੇ ਚਲੋ ਹੁਣ ਆਪਾਂ ਡਰਾਈਵ ਕਰ ਲਈਏ ਤੇ ਮਿਲਦੇ ਹਾਂ ਆਪਾਂ ਅਗਲੇ ਵਲੌਗ 'ਚ ਇਹਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਅਗਲੇ ਵਲੌਗ 'ਚ ਤੁਹਾਨੂੰ ਪਤਾ ਲੱਗੂਗਾ ਕਿ ਆਪਾਂ ਕਿੱਥੇ ਜਾ ਰਹੇ ਹਾਂ ਸਾਰੇ ਜਾਣੇ ਰਹੇ ਉਹ ਵਾਲਾ ਵਲੌਗ ਵੀ ਜ਼ਰੂਰ ਦੇਖਣਾ ਪੂਰਾ ਦੇਖਣਾ ਐਂਡ ਤੱਕ ਦੇਖਣਾ ਤੇ ਬਸ ਖੌਰੇ ਕਿੱਦਾਂ ਖੜਿਆ ਸੀ ਖੌਰੇ ਕਿੱਦਾਂ ਚੜਿਆ ਸੀ ਕਿਨੇ ਹੱਥ ਛੱਡਿਆ ਸੀ ਕਿਨੇ ਹੱਥ ਫੜਿਆ ਸੀ।